ਜਨਾਬ ਅੱਜ ਦੀ ਸਭ ਤੋਂ ਫਨੀਐਸਟ ਡਕੇਟੀ ਕਾਰੀ ਸਾਹਿਬ ਆਪਣੇ ਕਾਰੀ ਨੂੰ ਲੁੱਟਣ ਆ ਗਿਆ ਡੰਗਰ ਕਾਰੀਆਂ ਦਾ ਉਹ ਬਸ਼ਰਮਾ ਤੈਨੂੰ ਮੈਂ ਸ਼ਾਮ ਨੂੰ ਘਰ ਪੜਾਣ ਆਉਂਦਾ ਵਾ ਅਕਲ ਕਰ ਉਹ ਵੇਖੋ ਯਾਰ ਆਪਣੇ ਕਾਰੀ ਨੂੰ ਲੁੱਟਣ ਤੁਰ ਪਿਆ ਕੋਈ ਹਾਲ ਨਹੀਂ ਯਾਰ ਇਹਨਾਂ ਲੋਕਾਂ ਦਾ ਉੱਲੂ ਕੇ ਪੱਠੇ ਮੈਂ ਸ਼ਾਮ ਨੂੰ ਤੁਸੀਂ ਘਰ ਪਰ ਪੜਾਣੇ ਆਤਾ ਅਸਤਗਫਿਰੁੱਲਾ ਯਾਨੀ ਇੱਥੋਂ ਤੁਸੀਂ ਹਿਸਾਬ ਲਾ ਸਕਦੇ ਹੋ ਯਾਰ ਕਿ ਇਹ ਇੱਕ ਸਕੂਲ ਦਾ ਸਟੂਡੈਂਟ ਹੈ ਠੀਕ ਹੈ ਯਾਨੀ ਕਿ ਇੰਨਾ ਮਚੋਰ ਵੀ ਨਹੀਂ ਆਇਆ ਤੇ ਵੇਖ ਲਓ ਕਿਸ ਕੰਮ ਵੱਲ ਲੱਗ ਗਿਆ ਜੇ ਯਾਰ ਕਿਉਂ ਇਹ ਕੰਮ ਵੱਲ ਇੰਨੀ ਕੁ ਤਦਾਦ ਹੋ ਰਹੀ ਹੈ ਕਿਉਂਕਿ ਇਹਨਾਂ ਤੇ ਕਾਬੂ ਪਾਇਆ ਜਾ ਹੀ ਨਹੀਂ ਰਿਹਾ ਬਾਈ ਠੀਕ ਹੈ ਸਰਿਆਮ ਹੈ ਵੇਖ ਲਓ ਸੀਸੀਟੀਵੀ ਫੁਟੇਜ ਮਿਲਦੀ ਹੈ ਸਿਰਫ ਇਹ ਹੀ ਪਤਾ ਲੱਗਦਾ ਅੱਛਾ ਆਇਆ ਬੰਦਾ ਸੀ ਠੀਕ ਹੈ ਉਹਦੀ ਕੋਈ ਹਲੇ ਤਾਂ ਕੋਈ ਨਤੀਜਾ ਨਹੀਂ ਵੇਖਿਆ ਹੈ ਨਾ ਕੋਈ ਟੀ ਵੀ 'ਤੇ ਵੇਖਿਆ ਕੋਈ ਟਿਕੇਟ ਹਾਂ ਉੱਥੇ ਮੌਕੇ 'ਤੇ ਮਾਰੇ ਜਾਂਦੇ ਨੇ ਠੀਕ ਹੈ ਲੇਕਿਨ ਕਰਕੇ ਚਲੇ ਗਏ ਨੇ ਨਾ ਫਿਰ ਸਮਝੋ ਚਲੇ ਗਏ ਨੇ ਫਿਰ ਕੋਈ ਸ਼ਾਇ ਨਹੀਂ ਹੈ ਚਲੋ ਯਾਰ ਦੁਆ ਕਰ ਸਕਦੇ ਹਾਂ ਹੋਰ ਕੀ ਹੈ ਪਾਸਾ ਨਾ ਤਾਂ ਸਿਰਫ ਦੁਆ ਹੀ ਹੈ ਅਸੀਂ ਵੀ ਇੱਥੇ ਹੀ ਹਾਂ ਤੁਸੀਂ ਵੀ ਇੱਥੇ ਹੀ ਹੋ ਹੈ